ਅਸੀਂ ਆ ਜਿਹੜਾ ਕਮਿਆ ਸੀ ਇਹਦੇ ਤੇ ਸਲੈਬਾਂ ਦਿੱਤੀਆਂ ਰੱਖ ਬਣਾ ਕੇ ਸਲੈਬਾਂ ਸਾਡੀਆਂ ਇਹਦੇ 'ਤੇ ਹੋ ਗਈਆਂ ਕਲੀਅਰ ਤੋਂ ਕੁਝ ਬੱਦਲ ਵੀ ਬਹੁਤ ਮਸ਼ਨ ਆ ਗਿਆ ਅਤੇ ਢੇਰੀ ਵੀ ਆਈ ਅਤੇ ਬੱਦਲ ਵੀ ਬਹੁਤ ਜ਼ਿਆਦਾ ਵਾ ਅਤੇ ਜਿਵੇਂ ਉਹਦੇ ਰਜ਼ਾ ਬਹਰਹਾਲ ਕਰਦੇ ਹਾਂ ਹੁਣ ਸਾਨੂੰ ਟੱਸੂ ਤੋਂ ਚਾਹੀਦਾ ਅਤੇ ਟੱਸੂ ਚਾਹੀਦਾ ਥੱਲੇ ਵਾਲਾ ਪੱਥਰ ਅਤੇ ਬਾਂਸ ਦਾ ਸਮਾਨ ਚਾਹੀਦਾ ਉਹ ਬਾਂਸ ਦਾ ਸਮਾਨ ਵੀ ਲਿਆਉਂਦੇ ਹਾਂ ਲਿਆ ਕੇ ਪਹਿਲਾਂ ਬਾਂਸ ਦਾ ਸਮਾਨ ਅਤੇ ਪੈਪ ਪਾਉਣੇ ਇਹਦੇ ਪੈਪ ਚਾਹੀਦੇ ਪੈਪ ਪਾਉਂਦੇ ਹਾਂ ਪੈਪ ਪਾ ਕੇ ਅੱਲਾ ਨੂੰ ਯਾਦ ਕਰਕੇ ਇਨਸ਼ਾ ਅੱਲਾ ਤਾਲਾ ਅੱਲਾ ਦੇਊ ਬਾਂਸ ਦੇ ਪੈਪ ਪਾ ਕੇ ਅਤੇ ਫਿਰ ਨੂੰ ਚਾਲੂ ਕਰਦੇ ਫਿਰ ਰਹਿ ਗਿਆ ਉਤਲਾ ਹੁਣ ਪਹਿਲੇ ਸਭ ਤੋਂ ਪਹਿਲਾਂ ਮੇਰਾ ਜ਼ਿਹਨ ਇਹੀ ਆ ਕਿ ਇਹਦਾ ਉੱਤੇ ਫਿਰ ਟੱਸੂ ਲਾਵਾਂ ਕਿਉਂਕਿ ਬਾਰਿਸ਼ ਆ ਗਈ ਅਤੇ ਛਾਪਰ ਪਾਇਆ ਅਤੇ ਟਾਇਲ ਹੇਠ ਨਹੀਂ ਪਾਈ ਹੈ ਤਾਂ ਉਤਲੇ ਪਾਸੇ ਸਾਡੀ ਕੋਈ ਸ਼ੈ ਨਹੀਂ ਹੈਗੀ ਉੱਦਾਂ ਹੀ ਹੈ ਛੱਤ ਨੰਗੀ ਆ ਸਮਝ ਹੱਥ ਕਿਉਂਕਿ ਉਤਲਾ ਪਾਸਾ ਕਲੋਜ਼ ਹੋਊਗਾ ਤਾਂ ਫਿਰ ਹੀ ਕੰਮ ਬਣਨਾ ਜੇ ਉਤਲਾ ਨਾ ਕਲੋਜ਼ ਹੋਇਆ ਤਾਂ ਫਿਰ ਤੇ ਇਹਨਾਂ ਕੋਈ ਫਾਇਦਾ ਬਾਰੇ ਪਈ ਸਾਰੇ ਥੱਲੇ ਚੋ ਕੇ ਸਾਰਾ ਹਰ ਸ਼ਾਈ ਤਬਾਹ ਹੋ ਜਾਂਦਾ ਕੋਈ ਗੱਲ ਨਹੀਂ ਅੱਲਾ ਪਾਕ ਨਾਮ ਦੀ ਬਾਰਿਸ਼ ਦੇਵੇ ਆਪਣਾ ਗੁਜ਼ਾਰਾ ਕਰਾਂਗੇ ਜਿਵੇਂ ਸਾਡੇ ਕੋਲ ਹੋ ਸਕਿਆ ਅਤੇ ਅੱਲਾ ਖੈਰ ਕਰੂਗਾ ਖਾਣੇ ਦੀ ਬਾਤ ਦਸ ਕਿਚਨ ਮਿਸ਼ਨ ਦਾ ਬਾਤ ਆ ਗਈ ਸਾਡਾ ਇਹਦੇ ਵਿੱਚ ਕਚਰਾ ਮਚਰਾ ਪਿਆ ਕਚਰਾ ਚੱਕਦੇ ਅੱਲਾ ਖੈਰ ਕਰੇ ਅਤੇ ਫਿਰ ਸੀਟ ਇਹਦੇ ਵਿੱਚ ਸੀਟ ਹੀ ਲੱਗਣੀ ਹੋਰ ਤਾਂ ਕੁਛ ਨਹੀਂ ਲੱਗਣੀ ਸੀਟ ਵੀ ਪੈਪ ਵੀ ਤਿੰਨ ਪੈਣੇ ਇਹਦੇ ਵਿੱਚ ਇੱਕ ਫਲੱਸ਼ ਦਾ ਹੋਣਾ ਵਾ ਇੱਕ ਵੈਸੇ ਇੱਥੋਂ ਪਾਣੀ ਵਾਲਾ ਹੋਣਾ ਵਾ ਜਿੱਦਾਂ ਬੰਦਾ ਧੋਂਦਾ ਧੋਂਦਾ ਤੇ ਪਾਣੀ ਬਾਹਰ ਚਲੇ ਜਾਂਦਾ ਹੁਣ ਸਾਰਾ ਤਾਂ ਨਹੀਂ ਨਾ ਹੁਣ ਗਟਰ 'ਚ ਪਾਉਣਾ ਅਤੇ ਆਹ ਜਿਹੜਾ ਵਾ ਸਾਡਾ ਖੁਰਾ ਹੋਣਾ ਇੱਥੇ ਕੱਪੜੇ ਕੁਪੜੇ ਧੋਣ ਵਾਸਤੇ ਇੱਥੇ ਵੀ ਇੱਕ ਪੈਪ ਲਾਉਣਾ ਪੈਣਾ ਅਤੇ ਤਿੰਨ ਪੈਪ ਲਿਆਉਣੇ ਪੈਣੇ ਇੱਥੇ ਜਿਹੜੇ ਉੱਧਰ ਲਗਾਉਣੇ ਭਾਈ ਨੂੰ ਪੁੱਛ ਕੇ ਅਤੇ ਭਾਈ ਮੁਰਤਜ਼ਾ ਤਾਂ ਆਖਰੀ ਵੇਖ ਵੇਖ ਕੇ ਲੱਗ ਗਿਆ 51 ਚੱਕ 'ਚ ਕੰਮ 'ਤੇ ਸਾਡੇ ਕੋਲ ਤਾਂ ਸਮਾਨ ਨਹੀਂ ਕੋਈ ਨਹੀਂ ਸੀ ਹੈਗਾ ਅਤੇ ਲੇਕਿਨ ਹੁਣ ਆਖਿਆ ਵੀ ਆਪਣੀ ਥੋੜ੍ਹੀ ਸਫਾਈ ਤਾਂ ਕਰੀਏ ਕਰਕੇ ਇਹਨੂੰ ਕੁੱਟੀਏ ਉੱਠ ਕੇ ਜਿੱਥੇ ਵਸੀਮ ਅਲੀ ਕੰਮ 'ਤੇ ਲੱਗਾ ਹੋਇਆ ਉਹਨਾਂ ਮਿਸਤਰੀਆਂ ਨੂੰ ਪੁੱਛੋ ਕੋਈ ਵਸੀਮ ਅਲੀ ਉਹਦੇ ਪੈਸੇ ਨਾ ਵਸੀਮ ਦੇ ਕੋਈ ਡਮਾਸ ਫੜ ਲਓ ਉਹਨਾਂ ਕੋਲ ਅੱਛਾ ਚਲੋ ਕੰਮ ਕਰਦਾ ਰਹੂਗਾ ਲਾਂਦੇ ਰਵਾਂਗੇ ਅੱਲਾ ਵਾਸ ਅਤੇ ਵਾਸਤੇ ਮਿਸਤਰੀਆਂ ਨੇ ਕਿੱਥੇ ਕਮਲੀ ਦੇ ਪੈਸੇ ਦੇਣੇ ਆਪਾਂ ਨੂੰ ਚਲੋ ਉਹਨਾਂ ਦੀ ਦਿਹਾੜੀਆਂ ਹੈਗੀ ਦੋ ਚਾਰ ਦੇਣਗੇ ਵੱਧ ਦੇਣਗੇ ਤਾਂ ਇੰਨੀਆਂ ਦਿਹਾੜੀਆਂ ਦੋ ਚਾਰ ਦਿਹਾੜੀਆਂ ਨਾਲ ਆਪਣਾ ਸਮਾਨ ਨਹੀਂ ਆਉਣਾ ਇਹ ਪਤਾ ਨਹੀਂ ਕਿੰਨੇ ਦਾ ਆਊਗਾ ਸਮਾਨ ਪਤਾ ਨਹੀਂ ਹੁਣ ਇਹ ਤਾਂ ਬਾਜ਼ਾਰੋਂ ਪਤਾ ਕੀਤੀਆਂ ਹੀ ਹੈ ਨਾ ਵੀ ਕਿੰਨੇ ਦਾ ਆਉਂਦਾ ਤੁਸੀਂ ਰੋੜੀ ਜਿਹੜੀ ਬਾਹਰ ਕੱਢੋ ਸਾਫ਼ ਕਰੋ ਇਹਨੂੰ ਫੇਰੀਏ ਦੁਰਮਠ ਹਾਂਜੀ ਹੈ ਅਤੇ ਫਿਰ ਇਹਦੀ ਮਿਹਨਤੀ ਕਰਾਉਂਦੇ ਕਰਾ ਕੇ ਨਾ ਅਤੇ ਬਾਹਰ ਦਾ ਸਮਾਨ ਲਿਆਉਂਦੇ ਬਾਹਰ ਦਾ ਸਮਾਨ ਪੈਪ ਅਤੇ ਉਤਲਾ ਟੱਸੂ ਹਾਂਜੀ ਟੱਸੂ ਵੀ ਛੱਤ ਦਾ ਹੋਣਾ ਚਾਹੀਦਾ ਹਾਂਜੀ ਕਿਉਂ ਇਹ ਕੁੱਟਣਾ ਵਾ ਪਤਾ ਨਹੀਂ ਹੁਣ ਭਾਈ ਨੇ ਫਲੱਸ਼ ਫਲੁਸ਼ ਵੀ ਲਾਉਣਾ ਵਾ ਫਿਰ ਕੱਲ੍ਹ ਨੂੰ ਕਚਰਾ ਜਿਹਾ ਥੱਲੇ ਨਾ ਇਹ ਸਵਾਰ ਚਲੋ ਜਿਵੇਂ ਕਹੂਗਾ ਫਿਰ ਉਵੇਂ ਕਰ ਲਾਂਗੇ ਅੱਲਾ ਖੈਰ ਕਰੂਗਾ ਹਾਂਜੀ ਅੱਲਾ ਖੈਰ ਕਰੇ ਇਹ ਤਾਂ ਤਿਆਰ ਹੋ ਉਧਰਲੇ ਤਾਂ ਰਹਿ ਗਏ ਜਿੱਥੇ ਰਹਿ ਗਏ ਬਹੁਤ ਹੀ ਤਾਂ ਮੈਨੂੰ ਇਹੀ ਸੀ ਨਾ ਵੀ ਛੱਤ ਤੋਂ ਕਲੀਅਰ ਹੋ ਜਾਂਦੀ ਹਾਂਜੀ ਤੇ ਆ ਬਾਤ ਸਾਡਾ ਤੇ ਬੈਠਕ ਪਲਸਰ ਹੋ ਜਾਂਦੀ ਹਾਂਜੀ ਆ ਬੈਠਕ ਤੋਂ ਤੇ ਬਣ ਗਿਆ ਉਹ ਬਾਕੀ ਸਾਰਾ ਸਾਰਾ ਸਮਾਨ ਕਿਰੇ ਦਾ ਉੱਤੇ ਸਾਰਾ ਸਿਰ ਰਹਿ ਗਿਆ ਟੱਸੂ ਲਗਾਉਣਾ ਤੇ ਇਹਦਾ ਸਮਾਨ ਰਹਿ ਗਿਆ ਤੇ ਸੀਮਟ ਰਹਿ ਗਿਆ ਬਸ ਹੋਰ ਥੋੜਾ ਕਾ ਕਲੀਅਰ ਹੈ ਸੀਮਟ ਦਾ ਹੀ ਪੈਕ ਹੁਣ ਕੁੱਤੀ ਇਹ ਵੀ ਥੋੜਾ ਥੋੜਾ ਵੀ ਕਰਦੇ ਆ ਇਹ ਸੀਮਟ ਚਾਹੀਦਾ ਇਹਦਾ ਬਾਤ ਦਾ ਸਮਾਨ ਚਾਹੀਦਾ ਤੇ ਟੱਸੂ ਚਾਹੀਦਾ ਤੇ ਇਹ ਤਿੰਨ ਚਾਰ ਚੀਜ਼ਾਂ ਹੋਣ ਤੇ ਫੇਰ ਜਾ ਕੇ ਮੁਕੰਮਲ ਹੁੰਦਾ ਵਾ ਤੇ ਅੱਲਾ ਪਾਕ ਖੈਰ ਕਰੂਗਾ ਅੱਲਾ ਹੀ ਦੇਊਗਾ ਇਨਸ਼ਾਅੱਲਾ ਦੇਊਗਾ ਜੀ ਦੇਊਗਾ ਇਨਸ਼ਾਅੱਲਾ ਜੀ ਕਰ ਦੇ ਵਿੱਚ ਅੱਜ ਤਾਂ ਦਰਵਾਜ਼ੇ ਚਾਹੀਦੇ ਪੱਲੇ ਚਾਹੀਦੇ ਦਰਵਾਜ਼ੇ ਦੇ ਜਿਹੜਾ ਫਰ ਲੱਗੀਆਂ ਪੱਲੇ ਸਾਨੂੰ ਚਾਹੀਦੇ ਹਾਂਜੀ ਕੱਲ ਪੱਲੇ ਵੀ ਅੱਲਾ ਪਾਕ ਦੇਊਗਾ ਇਨਸ਼ਾਅੱਲਾ ਤਾਲਾ ਪੱਲੇ ਵੀ ਲੱਗ ਜਾਣਗੇ ਕੋਈ ਗੱਲ ਨਹੀਂ ਅੱਲਾ ਪਾਕ ਨੇ ਦੇਣੇ ਹਾਂਜੀ ਬਿਲਕੁਲ ਅੱਲਾ ਪਾਕ ਇੱਥੇ ਰੱਖਣੇ ਸੀ ਰੋੜੇ ਵਿੱਚ ਨਹੀਂ ਸੀ ਰੱਖਣੇ ਉੱਥੋਂ ਵੀ ਕੱਢਣੀਆਂ ਵਾ ਇੱਥੇ ਫਿਰ ਨਵੀਂ ਵਾਲੀ ਹੋਣਾ ਕੋਲ ਕਿਸੇ ਵੇਲੇ ਰਾਤ ਨੂੰ ਵੀ ਰੋੜੀ ਦੀ ਕਟਾਈ ਕਰ ਲਾਂਗੇ ਨਾ ਸਾਰੇ ਕਿ ਅਸੀਂ ਬਾਸ ਹੀ ਪੈ ਜਾਣੀ ਹੈ ਫਿਰ ਬਗਾ ਇੱਥੇ ਪੈ ਜਾਣੀ ਹਾਂਜੀ ਬਾਅਦ ਵਿੱਚ ਇੱਥੇ ਪਾ ਲਾਂਗੇ ਇਹਨਾਂ ਨੂੰ ਇੱਧਰ ਇਕੱਠਾ ਕਰ ਲਈ ਇਹ ਤੇ ਇੱਟਾਂ ਉੱਟਾਂ ਤੇ ਜਿਹੜੀਆਂ ਕੁੱਤੀਆਂ ਹੋਣਾਂ ਭੱਜੀਆਂ ਸੀ ਉਹ ਵੀ ਇੱਥੇ ਰੱਖ ਚਲੋ ਇੱਥੇ ਰੱਖ ਦਿੰਦੇ ਨਾ ਇੱਥੇ ਰੱਖ ਦਿੰਦੇ ਉਹ ਪਿੱਛੇ ਕਰਦੇ ਇੱਕ ਦੋ ਇੱਟਾਂ ਸਹੀ ਹੈ ਉਹ ਥੋੜ੍ਹਾ ਐਂ ਨੂੰ ਕਰਦਾ ਇਹ ਸਾਰਾ ਵਿੱਚੋਂ ਬਜਰੀ ਜੀ ਬਾਹਰ ਕੱਢ ਕੇ ਲੈ ਗਈ ਫਿਰ ਟਰਾਲੀ ਭਰ ਕੇ ਮੇਰੀ ਮਲੇ ਨੂੰ ਕਹਾਂਗੇ ਬਾਹਰ ਚੜ੍ਹ ਦੇ ਤਾਂ ਸੇਮ ਮਰਦੀ ਮੈਨੇ ਜਿਹੜੀਆਂ ਇੱਟਾਂ ਲਾਈਆਂ ਸੀ ਉਹਦੀ ਵਜ੍ਹਾ ਨਾਲ ਲੱਤੀਆਂ ਕੁਲੀਆਂ ਲਾ ਲਈਆਂ ਹੋਣੀਆਂ ਉਹਦਾ ਕੰਮ ਮੁਕੰਮਲ ਹੋ ਗਿਆ ਘਰ ਦਾ ਤੇ ਕੁਛ ਕਰਨਾ ਹੀ ਹੈ ਚਲੋ ਚੰਗਾ ਚੰਗਾ ਮਜ਼ਦੂਰੀ ਕਰਨੀ ਚਾਹੀਦੀ ਆਪਣੀ ਮਜ਼ਦੂਰੀ ਕਰਾਂਗੇ ਖਾਵਾਂਗੇ ਨਹੀਂ ਤੇ ਕਿੱਥੋਂ ਖਾਣਾ ਅੱਲਾ ਪਾਕ ਆਪ ਨੂੰ ਦੇਵੇ ਹਿੰਮਤ ਮਿਹਨਤ ਮਜ਼ਦੂਰੀ ਕਰਾਂਗੇ ਆਪਣੀ ਬਿਲਕੁਲ ਜੀ ਬਿਲਕੁਲ ਅੱਛਾ ਜੀ ਕੋਈ ਨਹੀਂ ਆਸਤਾ ਆਸਤਾ ਆਪਣੀ ਹੁਣ ਮਿਹਨਤ ਮਜ਼ਦੂਰੀ ਵੀ ਕਰਦੇ ਹਾਂ ਅੱਗੇ ਵੀ ਕਰਦੇ ਹਾਂ 12 ਲੱਗੇ ਚਲੋ ਮਕਾਨਾਂ ਦੇ ਚੱਕਰ ਵਿੱਚ ਸੀ ਚਲੋ ਬਣ ਜਾਣਗੇ ਸਾਡੇ ਕਲੀਅਰ ਹੋ ਜਾਣਗੇ
ਕਲੀਅਰ ਨਹੀਂ ਹੋ ਸਕੇ। ਹਾਂਜੀ ਇਹ ਤਾਂ ਰਹਿ ਗਏ ਅੱਧ ਵਿੱਚ, ਇਹ ਰਹਿ ਗਏ ਅੱਧ ਚ ਹੀ, ਨਾ ਅਸੀਂ ਉਧਰ ਦੇ ਰਹੇ ਤੇ ਨਾ ਅਸੀਂ ਉਧਰ ਦੇ, ਕਿੰਦਾ ਕਹਿੰਦੇ ਸੱਪ ਦੇ ਮੂੰਹ ਚ ਕਿਰਲੀ ਛੱਡਦਾ ਤੇ ਕਿੱਦਾਂ ਕਹਿੰਦੇ ਪਤਾ ਨਹੀਂ ਕੋਈ ਮਿਸਾਲ ਪੂਰੀ ਕੋਈ ਨਹੀਂ ਹੁੰਦੀ ਕੋੜੀ। ਹਾਂਜੀ ਤੇ ਕਿਰਲੀ ਵਾਲਾ ਹਿਸਾਬ, ਸੱਪ ਤੇ ਕਿਰਲੀ ਵਾਲਾ ਹਿਸਾਬ ਛੱਡਣਾ ਬਣਿਆ। ਕੋਈ ਗੱਲ ਨਹੀਂ, ਅੱਲਾ ਵਾਰਸ ਆ ਤੇ ਅੱਲਾ ਦੇਊਗਾ ਸਾਨੂੰ ਵੀ। ਮੁਰਤਜ਼ਾ ਨੇ ਵੀ ਭਰਤੀ ਪਵਾ ਲਈ, ਅਗਰ ਕੋਈ ਭੈਣ ਭਰਾ ਮੁਰਤਜ਼ਾ ਦੀ ਹੈਲਪ ਕਰਨਾ ਚਾਹੇ ਤਾਂ ਇਨਸ਼ਾਅੱਲਾ ਬੇਸ਼ੱਕ ਉਹਦੀ ਹੈਲਪ ਕਰ ਸਕਦਾ, ਕਿਉਂਕਿ ਉਹਦਾ ਵੀ ਇੱਕ ਮਕਾਨ ਬਣਨਾ। ਉਹਦੇ ਮਕਾਨ ਜਗ੍ਹਾ ਦਾ ਕਿਹਾ ਸੀ ਵੀ ਜਗ੍ਹਾ ਲੈ ਕੇ ਦਿੱਤੀ ਗਈ, ਜਗ੍ਹਾ ਤੇ ਲੈ ਲਈ ਉਹਨੇ ਆਪਣੀ, ਭਰਤੀ ਵੀ ਪਵਾ ਲਈ ਉਹਨੇ ਆਪਣੀ। ਅਗਰ ਕਿਸੇ ਭੈਣ ਭਰਾ ਨੂੰ ਗੁਜਾਇਸ਼ ਹੋਵੇ, ਕਿਸੇ ਭੈਣ ਭਰਾ ਕੋਲ ਕੋਈ ਹੈਲਪ ਕਰਨਾ ਚਾਹੇ ਮੁਰਤਜ਼ਾ ਦੀ, ਤਾਂ ਉਹ ਕਰ ਸਕਦਾ, ਕਿਉਂਕਿ ਉਹ ਵੀ ਬਹੁਤ ਗਰੀਬ ਆਦਮੀ ਆ, ਬੱਚੇ ਉਹਦੇ ਨਿੱਕੇ ਨਿੱਕੇ ਆ, ਹਾਥੇ ਉਹਨੇ ਦੋ ਲਏ, ਇੱਕ ਤਾਂ ਉਹਨੂੰ ਬਾਹਰੋਂ ਫੈਮਿਲੀ ਇੱਕ ਨੇ ਲੈ ਕੇ ਦਿੱਤਾ, ਅੱਲਾ ਭਲਾ ਕਰੇ ਉਸ ਫੈਮਿਲੀ ਦਾ ਵੀ ਤੇ ਵੱਡਿਆਂ ਬੱਚਿਆਂ ਦਾ ਨਾ ਹੋ ਜਾਏ। ਹਾਂਜੀ ਉਹਨੇ ਆਪਣਾ ਵੀ ਇੱਕ ਲੈਦਾ, 3 ਮਰਲੇ ਦਾ ਪਲਾਟ ਲਿਆ ਤੇ ਉਹਨੂੰ ਇੱਟ ਚਾਹੀਦੀ ਹੈ ਜੀ। ਅਗਰ ਕੋਈ ਭੈਣ ਭਰਾ ਹੈਲਪ ਕਰਨਾ ਚਾਹੇ ਤਾਂ ਬੇਸ਼ੱਕ ਰਾਬਤਾ ਕਰ ਸਕਦਾ ਉਸ ਗਰੀਬ ਤੋਂ ਵੀ, ਚਲੋ ਸਾਡੇ ਨਾਲ ਨਾ ਕਰਨਾ ਚਾਹੇ ਕਿਸੇ ਹੋਰ ਨਾਲ ਵੀ ਕਰ ਸਕਦਾ, ਕਰਕੇ ਕਿਸੇ ਥਰੂ ਚਲੋ ਉਹਦੀ ਇੱਟਾਂ ਹੀ 2 ਟਰਾਲੀਆਂ ਆ ਜਾਂਦੇ, ਉਹਦੇ ਮਕਾਨ ਵੀ ਬਣਦਾ। ਹਾਂਜੀ ਇੱਕ ਮਕਾਨ ਵੀ ਬਣਦਾ ਉਹਦਾ ਤੇ ਬਾਥ ਵੀ ਬਣਦਾ, ਬਾਥ ਵੀ ਬਣਦਾ। ਬਸ ਬਾਥ ਇੱਕ ਤੇ ਇੱਕ ਮਕਾਨ ਬਣ ਜਾਵੇ ਉਹਦੇ ਕੋਲ ਬਹੁਤ ਆ। ਬਿਲਕੁਲ ਜੀ, ਆਪੇ ਹੌਲੀ ਹੌਲੀ ਕਮਾਈ ਜਾਵਾਂਗੇ, ਹੌਲੀ ਹੌਲੀ ਬਣੀ ਜਾਣਗੇ। ਹਾਂਜੀ ਤੇ ਅੱਲਾ ਖੈਰ ਕਰੂਗਾ, ਅਸੀਂ ਇਹ ਨਹੀਂ ਕਹਿੰਦੇ ਵੀ ਚਲੋ ਸਾਨੂੰ ਤਾਂ ਨਹੀਂ, ਉਹ ਗਰੀਬ ਬਹੁਤ ਆ ਤੇ ਅਸੀਂ ਤਾਂ ਚਲੋ ਆਪਣੇ ਹੁਣ ਰਹਿ ਗਏ, ਸਾਡੇ ਕੋਲ ਟੱਸੂ ਰਹਿ ਗਿਆ ਵਾ ਤੇ ਇਹ ਹੀ ਸਮਾਨ ਰਹਿ ਗਿਆ, ਮੌਸਮ ਵੀ ਖਰਾਬ ਆ, ਡਰ ਵੀ ਲੱਗਦਾ ਉੱਤੋਂ। ਹਾਂਜੀ ਜੀ, ਬਾਕੀ ਜਿਵੇਂ ਉਹਦੀ ਰਜ਼ਾ, ਬਾਰਿਸ਼ ਦੀ ਤੋਂ ਪਰੇਸ਼ਾਨੀ ਤੋਂ ਡਰ ਲੱਗਦਾ ਵਾ ਵੀ ਜੇ ਬਾਰਿਸ਼ ਆ ਗਈ ਤੇ ਚੋਰ ਨਾ ਪਵੇ, ਕਿਉਂਕਿ ਉਹਦੇ ਉੱਤੇ ਟੱਸੂ ਵੀ ਨਹੀਂ ਲੱਗਾ ਹਜੇ, ਇਹਦੇ ਉੱਤੇ ਲੇਬਲ ਵੀ ਨਹੀਂ ਨਾ ਇੱਕੋ ਜਿਹਾ ਹੋਇਆ, ਰੇਤ ਸਿੱਟ ਕੇ ਬਸ ਉਦਣ ਦਾ ਤੇ ਉਦਾਂ ਹੀ ਰੱਖੀ ਹੋਈ। 2-3 ਦੋਸਤਾਂ ਨੂੰ ਉਹਨੇ ਕਿਹਾ ਵੀ ਆ ਵੀਡੀਓ ਬਣਾਉਣ ਦਾ, ਹਾਂਜੀ ਉਹਦੀ ਵੀਡੀਓ ਨਹੀਂ ਕਿਸੇ ਨੇ ਬਣਾਈ ਤੇ 2-3 ਰਹਿੰਦੇ ਆ, ਉਹਨਾਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਉਹਨਾਂ ਨੂੰ ਤੂੰ ਕਹਿ ਚਲੋ ਤੇਰੀ ਵੀਡੀਓ ਬਣਾ ਦੇਣ, ਤੇਰਾ ਕੋਈ ਚਲੋ ਵਿਚਾਰਾ ਨਹੀਂ ਆ ਜਾ। ਹਾਂਜੀ ਕੋਈ ਅੱਲਾ ਵਾਲਾ ਬਣਾ ਦੇਊਗਾ, ਕੋਈ ਬੰਦਾ ਹੁੰਦਾ ਕਿ ਕਿਸੇ ਦੇ ਕੋਈ ਐਸਾ ਵੀ ਚੈਨਲ ਵਾਲਾ ਹੁੰਦਾ ਜਿਹੜਾ ਵੀਡੀਓ ਬਣਾਈ ਜਾਵੇ, ਰੋਈ ਜਾਵੇ, ਪਿੱਟੀ ਜਾਵੇ, ਉਹਦੀ ਕੋਈ ਨਹੀਂ ਸੁਣਦਾ। ਹਾਂਜੀ ਉਹਦੀ ਕੋਈ ਨਹੀਂ, ਮੇਰੇ ਵਰਗੇ ਦੀ ਕੋਈ ਨਹੀਂ ਸੁਣਦਾ। ਹਾਂਜੀ ਤੇ ਕੋਈ ਐਸਾ ਦੋਸਤ ਵੀ ਹੈਗਾ ਸਿਰਫ ਵੈਸੇ ਹੀ ਵੈਸੇ ਵੈਸ ਕਰ ਦੇਵੇ, ਕਾਲ ਕਰ ਦੇਵੇ ਜਾਂ ਵੈਸੇ ਹੀ ਕਹਿ ਦੇ ਫਲਾਣੇ ਬੰਦੇ ਨੂੰ ਇੰਨੇ ਦੇਣੇ ਤੇ ਉਹਦੀ ਬਾਈ ਸੁਣਦਾ, ਉਹਦੇ ਭੈਣ ਭਰਾ ਸੁਣਦੇ ਆ, ਉਹਨੂੰ ਸ਼ੈ ਪਹੁੰਚਾ ਦਿੰਦੇ ਆ ਤੇ ਮਿਹਰਬਾਨੀ ਉਹਨਾਂ ਭੈਣ ਭਰਾਵਾਂ ਦੇ ਵੀ ਭਲਾ ਹੋਵੇ। ਹਾਂਜੀ ਕਿਸੇ ਭੈਣ ਭਰਾ ਦੇ ਥਰੂ ਹੀ ਉਹਨੂੰ ਚੈਨਲ ਨੂੰ ਚਲੋ ਇੱਟ ਮਿਲ ਜਾਵੇ, ਬਿਲਕੁਲ ਗਰੀਬਾਂ ਦੀ ਨਾ ਹਲਫ ਕਰਦੇ ਨੇ, ਅੱਲਾ ਪਾਕ ਉਹਨਾਂ ਨੂੰ ਤੰਦਰੁਸਤੀ ਦੇਵੇ, ਅੱਲਾ ਪਾਕ ਉਹਨਾਂ ਦੇ ਬੱਚਿਆਂ ਨੂੰ ਵੀ ਸਿਹਤ ਦੇਵੇ, ਜਿਨ੍ਹਾਂ ਨੇ ਸਾਡੀ ਵੀ ਕੀਤੀ ਆ, ਜਿਨ੼ਾਂ ਨੇ ਹੋਰਾਂ ਭੈਣ ਭਰਾਵਾਂ ਦੀ ਵੀ ਕੀਤੀ, ਅੱਲਾ ਪਾਕ ਉਹਨਾਂ ਨੂੰ ਸਿਹਤ ਦੇਵੇ, ਜਿਨ੍ਹਾਂ ਨੇ ਨਾਲ ਲੱਗ ਕੇ ਕਰਵਾਈ ਆ, ਅੱਲਾ ਪਾਕ ਉਹਨਾਂ ਨੂੰ ਵੀ ਸਿਹਤ ਦੇਵੇ ਜਿਨ੍ਹਾਂ ਨੇ ਇਸ ਤੱਕ ਪਹੁੰਚਾਇਆ। ਆਸਾਨ ਨਹੀਂ ਬੰਦਾ ਭੁੱਲਦਾ, ਅੱਲਾ ਪਾਕ ਖੈਰ ਕਰੇ, ਆਸਾਨ ਇਨਸਾਨ ਨੂੰ ਯਾਦ ਰੱਖਣਾ ਚਾਹੀਦਾ ਅੱਲਾ ਪਾਕ, ਜਿਹੜਾ ਆਸਾਨ ਭੁੱਲ ਗਿਆ ਕਿਸੇ ਦਾ ਉਹ ਤਾਂ ਕਾਹਦਾ ਫਿਰ ਨੁਕਸਾਨ, ਉਹ ਤਾਂ ਨੁਕਸਾਨ, ਅੱਲਾ ਪਾਕ ਭਲਾ ਕਰੇ ਜਿੰਨਾ ਹੋ ਗਿਆ, ਆਸਾਨ ਨਹੀਂ ਕਿਸੇ ਦਾ ਭੁੱਲ ਗਿਆ, ਇੰਨਾ ਕੁ ਰਹਿ ਗਿਆ ਸਾਡਾ, ਅੱਲਾ ਖੈਰ ਕਰੂਗਾ, ਕਦੀ ਅੱਲਾ ਇਹ ਵੀ ਤੋੜ ਚੜਾ। ਹਾਂਜੀ ਇਨਸ਼ਾਅੱਲਾ ਇਨਸ਼ਾਅੱਲਾ, ਹਾਂਜੀ ਇਹ ਅੱਲਾ ਪਾਕ ਦਾ, ਉਹਦੇ ਖਜ਼ਾਨੇ 'ਚ ਕੋਈ ਕਮੀ ਨਹੀਂ। ਹਾਂਜੀ ਭੈਣ ਭਰਾ ਦੀ ਦੁਆ ਚਾਹੀਦੀ ਹੈ, ਅਲਹਮਦੁਲਿਲਾ ਅੱਲਾ ਪਾਕ ਦਾ ਕਰਮ ਨਵਾਜ਼ੀ ਚਾਹੀਦੀ ਹੈ, ਕੋਈ ਟੈਨਸ਼ਨ ਨਹੀਂ, ਜਿੱਥੇ ਅੱਗੇ ਗੁਜ਼ਾਰੇ ਹੋ ਗਏ ਹੁਣ ਵੀ ਹੋ ਜਾਣਗੇ, ਸਾਰਿਆਂ ਤੋਂ ਸਾਡਾ ਪਹਿਲੇ ਕੰਮ ਸੀ ਤੇ ਸਾਰਿਆਂ ਤੋਂ ਪਿੱਛੇ ਚਲਾ ਗਿਆ ਤੇ ਸ਼ੁਕਰ ਤੇ ਅਲਹਮਦੁਲਿਲਾ, ਸ਼ੁਕਰ ਆ ਸ਼ੁਕਰ ਆ, ਅਜੇ ਤੱਕ ਵੀ ਅੱਲਾ ਦੀ ਜ਼ਾਤ ਦਾ ਸ਼ੁਕਰ ਤੇ ਅਲਹਮਦੁਲਿਲਾ ਕਰਦੇ ਹੋਏ, ਜਿਹਦੇ ਕੰਮ ਸਾਰਿਆਂ ਤੋਂ ਪਹਿਲੇ ਸਾਡਾ ਸ਼ੁਰੂ ਹੋਇਆ ਹੋਇਆ ਸੀ ਤੇ ਫਿਰ ਆਖੀ ਦਾ ਕੋਈ ਨਹੀਂ, ਉਹਦਾ ਹੋ ਜੇ ਉਹਦਾ ਹੋ ਜੇ ਸਾਡਾ ਐਂਡ ਤੇ ਹੋ ਜਾਊ, ਤੇ ਅੱਲਾ ਵਾਰਸ ਸਾਡਾ ਇੰਨਾ ਹੋ ਗਿਆ, ਇੰਨਾ ਕੁ ਰਹਿ ਗਿਆ। ਮਿਹਰਬਾਨੀ ਜੀ, ਮਿਹਰਬਾਨੀ ਉਹਨਾਂ ਦੀ, ਭੈਣ ਭਰਾਵਾਂ ਦੀ, ਦੀਨ ਵਾਲਿਆਂ ਦੀ, ਸਾਡੇ ਨਾਲ ਜਿਨ੍ਹਾਂ ਨੇ ਹੈਲਪ ਕੀਤੀ ਆ, ਜਿਨ੍ਹਾਂ ਨੇ ਸਾਡੇ ਕੋਲ ਮੁਗਵਾ ਕੇ ਸਾਡੇ ਨਾਲ ਇੰਨੀ ਹੈਲਪ ਕਰਵਾਈ, ਅੱਲਾ ਪਾਕ ਉਹਨਾਂ ਨੂੰ ਵੀ ਤੰਦਰੁਸਤੀ ਦੇਵੇ ਤੇ ਅੱਲਾ ਪਾਕ ਬਾਹਰ ਵਾਲੇ ਸਾਡੇ ਭੈਣ ਭਰਾਵਾਂ ਨੂੰ ਤੰਦਰੁਸਤੀ ਦੇਵੇ ਜਿਨ੍ਹਾਂ ਨੇ ਸਾਡੇ ਨਾਲ ਇੰਨੀ ਆਸਰਾ ਕੀਤਾ, ਤੇ ਅਸੀਂ ਤੱਕ ਪਹੁੰਚ ਗਏ, ਸਾਡੀ ਇੰਨੀ ਔਕਾਤ ਕਿੱਥੇ, ਸਾਡੇ ਕੋਲ ਤਾਂ ਆਪਣੇ ਬੱਚੇ ਰੋਟੀ ਨਹੀਂ ਪੂਰੀ ਹੁੰਦੀ, ਤੇ ਅਸੀਂ ਕਿੱਥੋਂ ਮਕਾਨ ਕੋਠੀਆਂ ਪਾ ਲੈਣੀਆਂ। ਮਿਹਰਬਾਨੀ ਉਹਨਾਂ ਭੈਣ ਭਰਾਵਾਂ ਦਾ, ਸ਼ੁਕਰੀਆ ਉਹਨਾਂ ਦਾ ਬਹੁਤ ਬਹੁਤ। ਸੋਫੀਆ ਦਾ ਹੁਣ ਕਿਚਨ ਰਹਿ ਗਿਆ, ਇਹ ਕਿਚਨ ਰਹਿ ਗਿਆ, ਸੋਫੀਆ ਦਾ ਕਿਚਨ ਬਣਦਾ ਰੂਆ ਰਹਿ ਗਿਆ ਸਾਡਾ। ਹਾਂਜੀ ਕਮਰਾ ਤੇ ਕਿਚਨ ਰਹਿ ਗਿਆ, ਉਹ ਪਹਿਲੇ ਬਣਾਣਾ ਵਾ, ਅੱਲਾ ਖੈਰ ਕਰੇ ਕਮਰਾ ਪਹਿਲੇ ਪਹਿਲੇ ਇਹਨੂੰ ਕਲੀਅਰ ਕਰਨਾ ਜੀ ਫਿਲਹਾਲ। ਹਾਂਜੀ ਇਹਦਾ ਤਾਂ ਹੁਣ ਉੱਤੋਂ ਬਸ ਸਾਰਾ ਇਹ ਤਾਂ ਛੱਤ ਤਾਂ ਪੈ ਗਈ, ਬਸ ਹੁਣ ਟੱਸੂ ਹੀ ਹੈ ਨਾ, ਖੈਰ ਆ। ਹਾਂ ਲੱਗਾ ਕਿਸੇ ਕੋ ਕਿਆ ਮਿਲਾ ਜੇ ਤਾਂ ਮੁਕੱਦਰ ਕੀ ਬਾਤ ਹੈ। ਬਿਲਕੁਲ ਜੀ, ਹਾਂਜੀ ਸਾਨੂੰ ਆਪਣੇ ਮੁਕੱਦਰਾਂ ਦਾ, ਸਾਨੂੰ ਬਸ ਕਿਸੇ ਨੇ ਜੋ ਸਾਡੇ ਮੁਕੱਦਰੇ ਸਾਨੂੰ ਲੱਭ ਗਿਆ, ਸ਼ੁਕਰ ਆ ਉਹਦੀ ਜ਼ਿਆਦਾ, ਅਲਹਮਦੁਲਿਲਾ ਸਾਡੇ ਮੁਕੱਦਰੇ ਇਹ ਕੋਸ਼ਿਸ਼ ਸੀ, ਸਾਨੂੰ ਇਹ ਕੁਛ ਹੀ ਲੱਭਣਾ ਸੀ ਤੇ ਬੰਦਾ ਐਵੇਂ ਕਰਦਾ ਫਿਰ ਨਹੀਂ, ਬਸ ਛੋੜ ਦੇ ਸਾਰੀ ਦੁਨੀਆ ਉਸੀ ਕੇ ਲੀਏ, ਸ਼ਫੀਕ ਜੇ ਮੁਨਾਸਬ ਨਹੀਂ ਆਦਮੀ ਕੇ ਲੀਏ, ਬਸ ਛੱਡ ਦਿੱਤੀ ਅਸੀਂ ਹਰ ਸ਼ੈ। ਅੱਲਾ ਵਰਸਲ ਇਹ ਸੋਚਾਂ ਵੀ ਤੁਰਿਆ ਹੁੰਦਾ ਸੀ, ਖੋਤੀ ਨੂੰ ਭਜਾਈ ਹੁੰਦਾ ਸੀ, ਫਿਰ ਖੋਤੀ ਨੇ ਕਿਹਾ ਤੂੰ ਸੋਚਾਂ ਸੋਚ ਤੇ ਮੈਂ ਵੀ ਜਾਂਦੀ ਪਈ, ਜਾਂਦੀ ਪਈ, ਖੋਤੀ ਵੀ ਡੇਗ ਪਈ ਤੇ ਖੋਤੀ ਦੇ ਉੱਤੋਂ ਦੀ ਮੈਂ ਵੀ ਆੜ ਪਿਆ, ਮੈਨੂੰ ਵੀ ਸੱਟਾਂ ਲੱਗ ਗਈਆਂ। ਅੱਲਾ ਦੀ ਜ਼ਾਤ ਨੇ ਬਚਾ ਲਿਆ, ਲੱਖ ਲੱਖ ਸ਼ੁਕਰ ਆ ਦੀ ਜ਼ਾਤ ਦਾ। ਆਉਂਦੇ ਆ ਨਾ ਸਿਆਣੇ
ਡਿੱਗਿਆ ਤੇ ਬਾਅਦ ਚੱਕਰ ਆਈ ਆ ਬਸ ਛੱਡ ਦੇ ਮੈਂ ਕਿਹਾ ਠੀਕ ਹੈ ਛੱਡ ਤਾਂ ਤੈਨੂੰ ਲੱਗੀ ਮੈਂ ਕਿਸੇ ਨੂੰ ਕੀ ਲੱਗੇ ਕਿਸੇ ਨੂੰ ਕੀ ਲੱਗੇ ਹਾਂਜੀ ਪਰੇਸ਼ਾਨ ਹੋ ਕੇ ਕਿਸੇ ਦਾ ਕੁਝ ਨਹੀਂ ਗਵਾਣਾ ਆਪਣਾ ਆਪਣਾ ਹੀ ਗਵਾਣਾ ਵਾ ਆਪਣੇ ਆਪ ਤੇ ਬਿਲਕੁਲ ਕੋਈ ਗੱਲ ਨਹੀਂ ਅੱਲਾ ਵਾਰਸ ਹੈ ਜੀ ਆ ਸਾਡੇ ਮੁਰਤੀ ਦਾ ਭਰਾ ਦਾ ਛੋਟਾ ਜਿਹਾ ਬੱਚਾ ਹਾਂਜੀ ਇਹ ਸਾਡਾ ਭਤੀਜਾ ਵਾ ਮਾਸ਼ਾਅੱਲਾ ਅੱਲਾ ਪਾਕ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦਾ ਘਰ ਬਣਾਉਣਾ ਵਾ ਜੀ ਛੋਟਾ ਜਿਹਾ ਏਡਾ ਕੀ ਛੋਟਾ ਜਿਹਾ ਏਡਾ ਕੀ ਛੋਟਾ ਜਿਹਾ ਘਰ ਹਾਂਜੀ ਜਗ੍ਹਾ ਤੇ ਥੋੜੀ ਜਿਹੀ ਭੈਣ ਭਰਾਵਾਂ ਅੱਗੇ ਹਾਂਜੀ ਮਿਹਰਬਾਨੀ ਉਹਨਾਂ ਭੈਣ ਭਰਾਵਾਂ ਦੀ ਹਾਂਜੀ ਨਿੱਕੇ ਜਿਹੇ ਚਲੋ ਇਸ ਕਾਕੇ ਦਾ ਵੀ ਘਰ ਬਣ ਜਾਵੇ ਹਾਂਜੀ ਨਿੱਕੇ ਜਿਹੇ ਇਹ ਵੀ ਦੁਆ ਕਰਨਗੇ ਇਨਸ਼ਾਅੱਲਾ ਜਿੱਥੇ ਦੂਸਰੇ ਕਰਦੇ ਫਿਰਦੇ ਇਹ ਵੀ ਇਨਸ਼ਾਅੱਲਾ ਦੁਆ ਕਰਨਗੇ ਹਾਂਜੀ ਆਪਣੇ ਘਰ ਦੇ ਕਿਦਾਂ ਕਹਿੰਦੇ ਨੇ ਵੀ ਦੁਆ ਕਿਸੇ ਗਰੀਬ ਦੀ ਅਮੀਰ ਦੀ ਦੌਲਤ ਤੋਂ ਡਰ ਗਰੀਬ ਦੀ ਬਦਦੁਆ ਤੋਂ ਡਰ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਬਾਕੀ ਲੈਣਾ ਦੇਣਾ ਮੁਕੱਦਰ ਆ ਜੀ ਤੂੰ ਵੀ ਆਪਣੇ ਘਰ ਸਾਡੀ ਤੇ ਇਲਤਜਾ ਹੀ ਆ ਜ਼ੋਰ ਕੋਈ ਨਹੀਂ ਹਾਂਜੀ ਇਲਤਜਾ ਕਰ ਸਕਦੇ ਅਸੀਂ ਤਾਂ ਘਰ ਜਾਣਾ ਆਪਣੇ ਇਲਤਜਾ ਕਰਨੀ ਚਾਹੀਦੀ ਹੈ ਕਿੱਦਾਂ ਹੈ ਜਾਣਾ ਘਰ ਆਪਣੇ ਆਪਣੇ ਘਰ ਕਿਉਂ ਨਹੀਂ ਜਾਣਾ ਤੂੰ ਕਹਿ ਦੇ ਤੂੰ ਵੀ ਕੋਈ ਯਾਰ ਬੋਲ ਪਾ ਵਿੱਚ ਕਿਆ ਜਾਣਾ ਵਾ ਤਾਇਆ ਆਪਣੇ ਘਰ ਮੈਂ ਆਪਣੇ ਘਰ ਜਾ ਕੇ ਬਹਿਣਾ ਵਾ ਸੌਣਾ ਵਾ ਕਿਆ ਹਾਂ ਜਾਣਾ ਉਹਨੇ ਸਲਾਮ ਕਰ ਤੋ ਦਿੱਤਾ ਹਾਂਜੀ ਜਾਣਾ ਉਹਨੇ ਚਲੋ ਅੱਲਾ ਖੈਰ ਕਰੂਗਾ ਹਾਂਜੀ ਅੱਲਾ ਪਾਕ ਦੇ ਤੁਹਾਡੀ ਜਗ੍ਹਾ ਬਣ ਗਈ ਹੈ ਸ਼ੇਰਾ ਤੇ ਤੁਹਾਡੇ ਘਰ ਵੀ ਬਣ ਜੂਗਾ ਇਨਸ਼ਾਅੱਲਾ ਤਾਲਾ ਹਾਂਜੀ ਬਣ ਜੂ ਬਿਲਕੁਲ ਜੀ ਬਿਲਕੁਲ ਆਸ ਰੱਖਣੀ ਚਾਹੀਦੀ ਹੈ ਇਹਨੂੰ ਪਕੜੋ ਮੈਂ ਵੀ ਆਪਣਾ ਥੋੜਾ ਜਿਹਾ ਕਿਚਨ ਨੂੰ ਜਿਹੜੀਆਂ ਰੱਸੀਆਂ ਪਾਈਆਂ ਥੋੜੀਆਂ ਥੋੜੀਆਂ ਉੱਚੀਆਂ ਕਰ ਲਵਾਂ ਕਿਉਂ ਅਸੀਂ ਅੱਗ ਬਾਲਣੀ ਹੈ ਤੇ ਹੁਣ ਉਹ ਨਾ ਹੋਵੇ ਸਾੜੀ ਜਾਵੇ ਨੇਰੀ ਆ ਨੇਰੀ ਨਿਆਣੀਆਂ ਢੇਲੀਆਂ ਕਰਦੇ ਰੱਸੀ ਥੋੜੀ ਜਿਹੀ ਕਰ ਦਿਓ ਥੱਲੇ ਕੋ ਲੱਕੜ ਦੇ ਦੇ ਉੱਚਾ ਕਰ ਥੋੜਾ ਜਿਹਾ ਹਾਂਜੀ ਆ ਬਿਲਕੁਲ ਝੋਲੀ ਪੈ ਗਈ ਇੱਥੇ ਕਿਚਨ ਵੀ ਮਾਸ਼ਾਅੱਲਾ ਬਖਾਉਂਦੇ ਆਪਣੇ ਭੈਣ ਭਰਾਵਾਂ ਨੂੰ ਹਾਂਜੀ ਇੱਥੇ ਝੋਲੀ ਪੈ ਗਈ ਬਹੁਤ ਕੁਝ ਦੋਸਤ ਗੱਲਾਂ ਤੇ ਬਹੁਤ ਕਰਦੇ ਆ ਹਾਂਜੀ ਪਰ ਕਰਦੇ ਨੇ ਜਾਇ ਚਲੋ ਅੱਲਾ ਪਾਕ ਉਹਨਾਂ ਦਾ ਭਲਾ ਕਰੇ ਸ਼ੌਕ ਨਾ ਨਹੀਂ ਕਹਿੰਦਾ ਕੋਈ ਸ਼ੌਕ ਨਾ ਨਹੀਂ ਬੈਂਦਾ ਹਾਂਜੀ ਸਦੀਆਂ ਹੋ ਗਈਆਂ ਅੱਲਾ ਪਾਕ ਉਹਨਾਂ ਦਾ ਭਲਾ ਕਰੇ ਜਿਹੜੇ ਕਹਿੰਦੇ ਆ ਤੇ ਇਨਸ਼ਾਅੱਲਾ ਕਦੀ ਅੱਲਾ ਦੀ ਜ਼ਾਤ ਦੇਊਗੀ 12 ਸਾਲਾਂ ਬਾਅਦ ਰੱਬ ਦੀ ਕਹਿੰਦੇ ਰੂੜੀ ਦੀ ਵੀ ਸੁਣ ਲੈਂਦਾ ਬਿਲਕੁਲ ਜੀ ਇਨਸ਼ਾਅੱਲਾ ਸਾਡੀ ਵੀ ਕਦੀ ਸੁਣੂਗਾ ਇਨਸ਼ਾਅੱਲਾ ਤਾਲਾ ਕੋਈ ਸੁਣ ਲਈ ਹੈ ਕੋਈ ਥੋੜੀ ਜਿਹੀ ਰਹਿ ਗਈ ਉਹ ਵੀ ਸੁਣ ਲੂਗਾ ਇਨਸ਼ਾਅੱਲਾ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਮੁੱਕ ਜਾਣੀ ਹਾਂਜੀ ਅੱਲਾ ਪਾਕ ਕੋਲੋਂ ਦੁਆ ਮੰਗੋ ਅੱਲਾ ਤੰਦਰੁਸਤੀ ਦੇਵੇ ਬਸ ਅੱਲਾ ਤੰਦਰੁਸਤੀ ਦੇਵੇ ਜੀ ਤੇ ਇਹ ਘਰ ਬਾਰ ਤਾਂ ਇਹ ਕਿਸੇ ਦੇ ਅੱਗੇ ਬਣ ਗਏ ਕਿਸੇ ਦੇ ਪਿੱਛੇ ਬਣ ਗਏ ਇਹ ਲੇਟ ਸਵੇਟਾਂ ਨਾਲ ਹੁੰਦੀਆਂ ਹੀ ਰਹਿੰਦੀਆਂ ਹੁੰਦੀਆਂ ਰਹਿੰਦੀਆਂ ਕੋਈ ਨਹੀਂ ਕੋਈ ਅੱਲਾ ਪਾਕ ਸਾਡੀ ਤਮਾਮ ਯੂਟਿਊਬ ਫੈਮਿਲੀ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਆਮੀਨ ਜਿਹੜੀ ਸਾਡਾ ਇੰਨੀ ਤਾਮਰ ਕਰਦੇ ਨੇ ਮਾਸ਼ਾਅੱਲਾ ਅੱਲਾ ਨੂੰ ਜ਼ਿੰਦਗੀ ਕਰੇ ਅੱਲਾ ਨੂੰ ਮਦੀਨੇ ਵਾਲੇ ਦੀ ਜ਼ਿਆਰਤ ਕਰਾਵੇ ਅੱਲਾ ਪਾਕ ਉਹਦੇ ਬੱਚਿਆਂ ਨੂੰ ਵੀ ਤੰਦਰੁਸਤੀ ਦੇਵੇ ਸਿਹਤ ਦੇਵੇ ਔਰ ਫਰਮਾਦਾਰ ਕਰੇ ਆਪਣੇ ਮਾਪੇ ਦਾ ਵੀ ਇਹਨਾਂ ਨੂੰ ਆਮੀਨ ਆਮੀਨ ਤੇ ਕਿਸੇ ਦੇ ਸਦਕੇ ਸਾਡਿਆਂ ਨੂੰ ਵੀ ਕਰੇ ਆਮੀਨ ਇੱਥੋਂ ਬਹੁਤੇ ਹੋ ਗਏ ਪਤਾ ਨਹੀਂ ਕਿਉਂ ਨਿਮ ਗਈ ਮੇਰੇ ਕੋਲ ਤਾਂ ਚੋਇਸ ਆ ਇਹ ਨਹੀਂ ਹੁੰਦੀ ਤੁਸੀਂ ਇਦਾਂ ਕਰੋ ਇੱਕ ਵਾਸ ਲਿਆ ਗਿਆ ਢਾਂਗਾ ਇੱਥੇ ਅਸੀਂ ਫਿਰ ਉੱਥੇ ਖਾਣਾ ਨਹੀਂ ਬਣਾਉਣਾ ਇੱਥੇ ਅਸੀਂ ਬਾਸ ਕੇ ਇਸ ਤਰ੍ਹਾਂ ਦੇਵਾਂਗੇ ਫਿਰ ਸਾਡੇ ਸਿਰ 'ਚ ਬੱਚਿਆਂ 'ਤੇ ਆਵੇ ਕੇ ਚਲੋ ਅੱਛਾ ਕੋਈ ਲਿਆ ਕੇ ਦੇ ਦਿਓ ਤੁਸੀਂ ਆਪ ਹੀ ਇੱਟ ਪਾਟ ਕੇ ਉੱਥੇ ਗੱਡ ਦਿਓ ਜਾਂ ਤਾਂ ਇੱਕ ਬਾਂਸ ਥੱਲੇ ਅੱਛਾ ਅੱਲਾ ਖੈਰ ਕਰੂ ਬਟਨ ਨਹੀਂ ਅੱਛਾ ਜੀ ਇਹ ਸਾਡੀ ਅੱਜ ਦੀ ਵੀਡੀਓ ਅਗਰ ਮੇਰੇ ਭੈਣ ਭਰਾ ਨੂੰ ਪਸੰਦ ਆਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਵਿੱਚ ਜ਼ਰੂਰ ਸਾਰੇ ਗਰੀਬ ਭਰਾ ਨੂੰ ਵੀ ਯਾਦ ਰੱਖਿਓ ਅਤੇ ਪਰ ਗਰੀਬ ਭਰਾ ਦੀਆਂ ਗੱਲਾਂ ਥੋੜ੍ਹੀ ਜਿਹੀ ਗੌਰ ਕਰਿਓ ਅਤੇ ਕਤਰੇ ਕਤਰੇ ਕਹਿੰਦੇ ਦਰਿਆ ਬਣ ਜਾਂਦਾ ਇਨਸ਼ਾਅੱਲਾ ਤਾਲਾ ਮਿਲਾਂਗੇ ਨੈਕਸਟ ਵੀਡੀਓ 'ਚ ਅੱਲਾ ਸੋਹਣੇ ਦੇ ਹਵਾਲੇ ਰੱਬ ਰੱਖ